ਸੋਲਨ ਦੇ ਵਿੱਚ ਵੱਖਰੀਆਂ ਵੱਖਰੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ। ਇੱਕ ਤਸਵੀਰ ਮੈਂ ਬੇਨਤੀ ਕਰੂੰਗਾ ਸੰਜੀਵ ਰਾਣਾ ਜੀ ਨੂੰ ਵੀ ਉੱਪਰ ਦਿਖਾਣ, ਕਿੱਦਾਂ ਗਰੀਬੀ ਦਾਵੇ ਦੇ ਵਿੱਚ ਜਿਹੜੀ ਰੋਟੀ ਆ ਬੜੀ ਔਖੀ ਆ ਖਾਣੀ। ਸਟੋਪ ਕਰ ਲਾ ਦੁਬਾਰਾ, ਨਵਾਂ ਕਲਿੱਪ ਬਣਾ ਲਾ। ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਅੰਦੋਲਨ ਦੇ ਵਿੱਚ ਇੱਕ ਵੱਖਰੀਆਂ ਤਸਵੀਰਾਂ ਤੁਹਾਨੂੰ ਦੇਖਣ ਨੂੰ ਮਿਲੀਆਂ, ਜਿੱਥੇ ਗਰਾਊਂਡ ਲੈਵਲ ਦੇ ਉੱਤੇ ਕਿੱਦਾਂ ਰੋਟੀ ਕਮਾਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ। ਕਿੱਦਾਂ ਬੇਟੀ ਬੈਗ ਰਸੇ ਦੇ ਉੱਤੇ ਚੱਲਦੀ ਹੋਈ ਆਪਣੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾਉਂਦੀ ਹੋਈ ਉਹ ਰਸੇ ਦੇ ਉੱਤੇ ਚੱਲ ਰਹੀ ਹੈ ਬੇਟੀ, ਕਿਉਂਕਿ ਜਿਹੜਾ ਇਹ ਹੈਗਾ ਜਿਹੜਾ ਪ੍ਰੋਗਰਾਮ ਕਰ ਰਹੇ ਨੇ ਇਹ ਦਿਹਾੜੀ ਦੇ ਵਿੱਚ ਕਿੰਨੀ ਵਾਰ ਕਰਦੇ ਨੇ ਅਤੇ ਕਿੰਨੀ ਵਾਰ ਦਿਖਾਉਣਾ ਪੈਂਦਾ ਉਹ ਆਪਾਂ ਉਹਨਾਂ ਨਾਲ ਗੱਲ ਕਰਾਂਗੇ, ਕਿਉਂਕਿ ਗਰਾਊਂਡ ਲੈਵਲ 'ਤੇ ਸਰਕਾਰਾਂ ਨੂੰ ਦੇਖਣਾ ਚਾਹੀਦਾ ਗਰਾਊਂਡ ਲੈਵਲ 'ਤੇ ਕਿੱਦਾਂ ਰੋਟੀ ਕਮਾ ਹੁੰਦੀ ਆ ਸਰਕਾਰਾਂ ਨੂੰ ਦੇਖਣਾ ਚਾਹੀਦਾ, ਕਿਉਂਕਿ ਮਹਿਲਾਂ ਦੇ ਵਿੱਚ ਬਹਿ ਕੇ ਵੱਡੇ ਫੈਸਲੇ ਲੈ ਲੈਣੇ, ਕਿਸੇ ਇੱਕ ਹੱਕ ਦੇ ਫੈਸਲੇ ਇੱਕ ਬੰਦੇ ਦੇ ਹੱਕ ਦੇ ਵਿੱਚ ਫੈਸਲੇ ਲੈ ਲੈਣੇ ਕੋਈ ਵੱਡੀ ਗੱਲ ਨਹੀਂ ਹੁੰਦੀ, ਕਿਉਂਕਿ ਗਰਾਊਂਡ 'ਤੇ ਜਦ ਬੰਦਾ ਆਉਂਦਾ ਗਰਾਊਂਡ ਲੈਵਲ 'ਤੇ ਆਉਂਦਾ ਅਤੇ ਪਤਾ ਲੱਗਦਾ ਵੀ ਕਿੱਦਾਂ ਮਿਹਨਤ ਕਰਕੇ ਪੈਸਾ ਕਮਾਇਆ ਜਾਂਦਾ। ਤੁਸੀਂ ਦੇਖ ਸਕਦੇ ਹੋ ਬੇਟੀ ਨੂੰ ਉੱਪਰ ਕਿੱਦਾਂ ਰਸੇ ਦੇ ਉੱਤੇ ਤੁਰ ਕੇ 10-10 ਰੁਪਏ 1-1 ਰੁਪਿਆ ਇਕੱਠਾ ਕਰਕੇ ਆਪਣੇ ਆਪ ਨੂੰ ਢਿੱਡ ਪਾਲ ਰਹੇ ਨੇ, ਅਤੇ ਆਪਾਂ ਉਸ ਬੇਟੀ ਨਾਲ ਗੱਲ ਕਰਾਂਗੇ ਵੀ ਕਿੰਨੇ ਸ਼ੋਅ ਕਰਦੇ ਨੇ ਦਿਹਾੜੀ ਦੇ ਵਿੱਚ। ਅਤੇ ਮੈਂ ਬੇਨਤੀ ਕਰੂੰਗਾ ਆਪਾਂ ਬੇਟੀ ਨਾਲ ਗੱਲ ਕਰਦੇ ਹਾਂ। ਬੱਚੀ ਨਾਲ ਤੁਹਾਨੂੰ ਗੱਲ ਕਰਾਉਂਦੇ ਹਾਂ, ਜਿਹੜੀ ਬੱਚੀ ਹੁਣੇ ਹੁਣੇ ਇਸ ਰੱਸੀ ਦੇ ਉੱਤੇ ਉੱਪਰ ਆਪਣਾ ਕਹਿੰਦਾ ਕਾਰਾਰਾਮ ਜੋ ਵੀ ਕਲਾ ਸੀ ਆਪਣੀ ਦਿਖਾ ਰਹੀ ਸੀ, ਅਤੇ ਆਪਾਂ ਉਹਨਾਂ ਦੇ ਨਾਲ ਮਾਤਾ ਜੀ ਖੜ੍ਹੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਵੀਰ ਜੀ ਥੋੜ੍ਹਾ ਪਿੱਛੇ ਹੋ ਜਾਓ, ਅਤੇ ਪਹਿਲਾਂ ਤਾਂ ਆਪਾਂ ਉਹਨਾਂ ਦੀ ਮਾਤਾ ਜੀ ਨਾਲ ਗੱਲ ਕਰਦੇ ਹਾਂ ਵੀ ਇਹ ਜਿਹੜਾ ਪ੍ਰੋਗਰਾਮ ਆ ਇਸ ਜਗ੍ਹਾ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਕਰਾਉਂਦੇ ਨੇ, ਅਤੇ ਕਿੰਨੇ ਸ਼ੋਅ ਤੁਸੀਂ ਦਿਹਾੜੀ 'ਚ ਕਰ ਦਿੰਦੇ ਹੋ? ਹਰ ਜਗ੍ਹਾ ਕਮਾਤੇ ਖਾਤੇ। ਅਤੇ ਸਰਕਾਰਾਂ ਤੁਹਾਡੇ ਲਈ ਕੁਛ ਕਰਦੀਆਂ ਨਹੀਂ? कुछ नहीं करता, क्या करेंगे, हमारी नट जाती है तो इसलिए खेल करना पड़ता है। ठीक है, ये बेटा बड़ा छोटा, थोड़ा बेटी है जड़ी बड़ी छोटी है, तो ज़्यादा रस्ते से जाती है तो एक बार तो माइंड के कुछ तो सोचते ही होंगे तुम? कुछ उसको डर नहीं लगता, जैसे ही खेल दिखाती है भगवान ने इसे किया जैसे ही दिखा रही है। ठीक है, तो आप उस बेटी नाल गल करते हैं जो कि बेटी उपर हुणे हुणे अपना ही खेल दिखा रही थी, जो भी अपना कहना कला सी उन्हें दिखा रही थी। हाँ जी बेटा, की नाम है तुम्हारा? की नाम की है? गौरी। ਤੇ ਜਦ ਤੁਸੀਂ ਉੱਪਰ ਕਰ ਰਹੇ ਸੀ ਤੁਹਾਨੂੰ ਡਰ ਨਹੀਂ ਲੱਗਦਾ? ਨਹੀਂ, ਪੇਟ ਕੇ ਲਈ ਕਰ ਰਹੇ ਹਾਂ। ਪੇਟ ਕੇ ਲਈ ਕਰਨਾ ਪੜਦਾ, ਤੋ ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ? ਤੁਹਾਡੇ ਬਾਰੇ ਵੀ ਸੋਚਣਾ ਚਾਹੀਦਾ ਸਰਕਾਰਾਂ ਨੂੰ, ਸਰਕਾਰਾਂ ਨੂੰ ਤੁਹਾਡੇ ਬਾਰੇ ਸੋਚਣਾ ਚਾਹੀਦਾ ਨਾ ਪੇਟ ਲਈ, ਕਿਉਂਕਿ ਇਹ ਜਿਹੜੀ ਬੱਚੇ ਦੀ ਉਮਰ ਆ ਪੜ੍ਹਨ ਦੀ ਉਮਰ ਆ, ਕਿਉਂਕਿ ਐਡੇ ਐਡੇ ਬੱਚੇ ਜਿਹੜੇ ਸਾਡੇ ਆਪਣੇ ਪਰਿਵਾਰਾਂ ਦੀ ਅਸੀਂ ਗੱਲ ਕਰੀਏ, ਸਾਡੇ ਬੱਚੇ ਇਸ ਟਾਈਮ ਠੰਡ ਦੇ ਵਿੱਚੋਂ ਕਮਰਿਆਂ ਦੇ ਵਿੱਚ ਬੈਠਿਆ, ਰਜਾਈਆਂ ਦੇ ਵਿੱਚ ਬੈਠਿਆ, ਇੱਕ ਛੋਟੀ ਬੇਟੀ ਜਿਹੜੀ ਰੱਸੀ ਦੇ ਉੱਤੇ ਆਪਣਾ ਇੱਕ ਢਿੱਡ ਨੂੰ ਕਹਿੰਦਾ ਪਾਲਣ ਲਈ ਆਪਣੇ ਮਾਂ ਬਾਪ ਦੀ ਰੋਜ਼ੀ ਰੋਟੀ ਕਮਾਉਣ ਲਈ, ਅਤੇ ਉਹ ਇਸ ਟਾਈਮ ਕਿਸਾਨ ਅੰਦੋਲਨ ਦੇ ਵਿੱਚ ਆਏ ਹੋਏ ਨੇ ਅਤੇ ਉਹ ਆਪਣੀ ਕਲਾ ਕਰਕੇ ਪੈਸੇ ਕਮਾ ਰਹੇ ਨੇ, ਕਿਉਂਕਿ ਸਰਕਾਰਾਂ ਇਹਨਾਂ ਲੋਕਾਂ ਲਈ ਵੀ ਕੁਛ ਨਹੀਂ ਸੋਚਦੀਆਂ, ਅਤੇ ਕਿਸਾਨ ਵੀਰਾਂ ਲਈ ਤਾਂ ਕਿਆ ਸੋਚਣਾ, ਕਿਉਂਕਿ 3 ਕਾਲੇ ਕਾਨੂੰਨ ਜਿਹੜੇ ਉਹਨਾਂ ਨੇ ਬਣਾ ਕੇ ਕਿਸਾਨਾਂ ਦੇ ਉੱਤੇ ਥੋਪੇ ਨੇ, ਅਤੇ ਉਹਨਾਂ ਦਾ ਅੱਜ ਵਿਰੋਧ ਹੋਇਆ ਜਾ ਰਿਹਾ। ਆਲ ਇੰਡੀਆ ਦੇ ਵਿੱਚ ਜੋ ਕਿਸਾਨ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਅੱਜ ਅਲੱਗ ਅਲੱਗ ਵਾਰਡਾਂ ਦੇ ਉੱਤੇ ਆ ਕੇ ਪਹੁੰਚ ਚੁੱਕੇ ਨੇ ਕਿਸਾਨ, ਕਿਉਂਕਿ ਅਸੀਂ ਪਿਛਲੇ 3 ਮਹੀਨੇ ਤੋਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਨੇ ਕਿਸਾਨਾਂ ਦੀਆਂ, ਕਿਉਂਕਿ ਇਹ ਅੰਦੋਲਨ ਪੰਜਾਬ ਦੇ ਵਿੱਚੋਂ ਸ਼ੁਰੂ ਹੋ ਕੇ ਅੱਜ ਅਲੱਗ ਅਲੱਗ ਵਾਰਡਾਂ ਦੇ ਉੱਤੇ ਅੱਜ ਠੀਕਰੀ ਵਾਰਡਰ 'ਤੇ ਅਸੀਂ ਪਹੁੰਚੇ ਹਾਂ, ਜਿੱਥੇ ਅੱਜ ਸਵੇਰ ਤੋਂ ਹੀ ਅਸੀਂ ਵੱਖ ਵੱਖ ਤਸਵੀਰਾਂ ਤੁਹਾਨੂੰ ਦਿਖਾਉਣ ਦਾ ਯਤਨ ਕਰ ਰਹੇ ਹਾਂ ਆਪਣੇ ਚੈਨਲ ਦੇ ਲਾਈਨ। ਅਤੇ ਜਿੱਦਾਂ ਅਸੀਂ ਹੁਣੇ ਹੁਣੇ ਤੁਹਾਨੂੰ ਅੰਦੋਲਨ ਦੇ ਵਿੱਚ ਇੱਕ ਤਸਵੀਰ ਦਿਖਾਈ ਹੈ ਗਰੀਬੀ ਦੀ, ਜੋ ਕਿ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕਿੱਦਾਂ ਆਪਣੀ ਜਾਨ ਨੂੰ ਕਹਿੰਦਾ ਹਥੇਲੀ 'ਤੇ ਰੱਖ ਕੇ ਬੇਟੀ ਰਸੇ ਦੇ ਉੱਤੇ
तुर रहे थी ते ओनू तुसी देखदे होए तुसी आपे अंदाजा ला सकते भी रोटी कमाउणी जिहड़ी किन्नी औखी आ, क्योंकि एक वो अन्नदाता बैठे अज सड़कां दे उत्ते जिहड़ा अन्नदाता सारयां दा ढिड पालदा, क्योंकि पैसे नाल भी आपां रोटी तां ही खरीदूंगे जे अन्न होऊगा, जे अन्न नहीं होऊगा तां रोटी पैसे नाल नहीं खरीदी जाणी। इह सरकारां नूं समझण दी लोड़ आ। तुसी बने रहो संजीव राणा कैमरामैन।